ਸੋ ਕਿਸਾਨ ਆਗੂਾਰੇ ਵੀ ਸਾਫ਼ ਕਰ ਦੱਤਾ ਕਿ ਇਹ ਟਰੈਕਟਰ ਰੈਲੀ ਹੋਵੇਗੀ ਸਿਰਫ ਟਰੈਕਟਰ ਰੈਲੀ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਝੰਡਾ ਝੁਲਣਾ ਸਿੰਘੂ ਸਰਹੱਦ ਤੇ ਲਿਮਕਾ ਬੁੱਕ ਦੇ ਵਿੱਚ ਇਹ ਨਾਮ ਇਹ ਰਿਕਾਰਡ ਦਰਜ ਹੋਣ ਜਾ ਰਿਹਾ ਤੇ ਲਿਮਕਾ ਬੁੱਕ ਦੇ ਵਿੱਚ ਕਾਰਡ ਦਰਜ ਕਰਵਾਉਣ ਵਾਲੇ ਮੋਗਾ ਦੇ ਆਰਟਿਸਟ ਦੱਸੇ ਜਾ ਰਹੇ ਨੇ ਗੁਰਪ੍ਰੀਤ ਸਿੰਘ ਕੋਮਲ ਗੁਰਪ੍ਰੀਤ ਸਿੰਘ ਕੋਮਲ ਨੇ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਦੁਨੀਆ ਦਾ ਸਭ ਤੋਂ ਵੱਡਾ ਝੰਡਾ ਤਿਆਰ ਕਰ ਲਿਆ ਇਹ ਝੰਡਾ 26 ਜਨਵਰੀ ਨੂੰ ਸਿੰਘੂ ਸਰਹੱਦ ਤੇ ਝੁਲਣਾ ਹੈ ਝੰਡੇ ਤੇ ਸ਼ਹੀਦ 116 ਕਿਸਾਨਾਂ ਦੇ ਨਾਮ ਸੁਨਹਿਰੇ ਅੱਖਰਾਂ ਦੇ ਵਿੱਚ ਦਰਜ ਕੀਤੇ ਗਏ ਹੈ ਝੰਡੇ ਉੱਤੇ 395 ਵਰਗ ਫੁੱਟ ਥਾਂ ਆਮ ਲੋਕਾਂ ਦੇ ਦਸਤਖਾਲੇ ਛੱਡੀ ਗਈ ਹੈ ਗੁਰਪ੍ਰੀਤ ਸਿੰਘ ਕੋਮਲ ਨੇ ਆਪਣੀ ਪਤਨੀ ਸਰਬਜੀਤ ਕੌਰ ਕੋਮਲ ਅਤੇ ਆਪਣੀ ਧੀ ਅਸ਼ਮੀਤ ਕੌਰ ਕੋਮਲ ਨਾਲ ਮਿਲ ਕੇ ਇਹ ਦੁਨੀਆ ਦਾ ਸਭ ਤੋਂ ਵੱਡੇ ਆਕਾਰ ਦਾ ਝੰਡਾ ਤਿਆਰ ਕੀਤਾ ਹੈ ਉਨ੍ਹਾਂ ਕਿਹਾ ਕਿ ਝੰਡੇ ਦਾ ਵਜ਼ਨ 2.5 ਕਿਲੋ ਹੈ ਲંબਾਈ 27 ਮੀਟਰ ਹੈ ਚੁੜਾਈ 4.5 ਫੁੱਟ ਹੈ ਝੰਡੇ 'ਚ ਹਰੇ ਰੰਗ ਦਾ 29 ਇੰਚ ਦਾ ਇੱਕ ਗੋਲ ਚੱਕਰ ਹੈ ਜਿਸ ਵਿੱਚ ਕਿਸਾਨ ਬਲਦਾਂ ਨਾਲ ਖੇਤੀ ਕਰਦਾ ਦਿਖਾਇਆ ਗਿਆ ਹੈ 나ੜ ਹੀ ਹਰੇ ਰੰਗ ਤੇ ਕਿਸਾਨ ਅੰਦੋਲਨ ਦੇ ਸ਼ਹੀਦ ਹੋਏ 116 ਸ਼ਹੀਦਾਂ ਦੇ ਨਾਮ ਸੁਨਹਿਰੇ ਅੱਖਰਾਂ ਵਿੱਚ ਦਰਜ ਕੀਤੇ ਗਏ ਸੋ ਜੇਕਰ ਤੁਹਾਨੂੰ ਕੋਈ ਦੱਸ ਰਿਹਾ ਸੀ ਨਾ ਟਰੈਕਟਰ ਮਾਰਚ ਨਹੀਂ ਹੋਣਾ ਉਹਨਾਂ ਨੂੰ ਦੱਸ ਦਿਓ ਕਿ ਟਰੈਕਟਰ ਮਾਰਚ ਵੀ ਹੋਣਾ ਤੇ ਆ ਦੁਨੀਆ ਦਾ ਸਭ ਤੋਂ ਵੱਡਾ ਝੰਡਾ ਵੀ ਚੁਲਾਇਆ ਜਾਣਾ ਹੈ